ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਹੈ ਹੱਡੀ ਦਾ ਦਰਦ ਡਾਕਟਰ ਗੁਜਰਾਲ ਦੱਸਦਾ ਹੈ ਤੁਹਾਡੀ ਐਕਸਰੇ ਬਿਲਕੁਲ ਬੇਨੁਕਸ ਹੈ ਦੂਜੇ ਟੈਸਟ ਵੀ ਨੈਗੇਟਿਵ ਹਨ ਸੋ ਬਾਹ ਦੀ ਹੱਡੀ ਚ ਚੀਸ ਫੈਣ ਦੀ ਬਿਲਕੁਲ ਕੋਈ ਵਜ੍ਹਾ ਨਹੀਂ ਤੁਹਾਡੀ ਚੀਸ ਨਿਰਵੈਮ ਹੈ ਬਸ ਇਸ ਗੁੱਟ ਨੂੰ ਭੁੱਲ ਜਾਓ ਤਕਲੀਫ ਆਪਣੇ ਆਪ ਖੂਰ ਹੋ ਜਾਊ ਉਹਦੀ ਤਸ਼ਖੀਸ ਮੇਰੀ ਸਮਝ ਨਹੀਂ ਆਉਂਦੀ ਮੈਂ ਸੁਣਦਾ ਤੇ ਸਿਰ ਫੜ ਲੈਣਾ ਉਸ ਮੀਂਹ ਭਿੱਜੇ ਦਿਨ ਗਲੀ ਦਾ ਆਖਰੀ ਮੋੜ ਮੁੜਿਆ ਸਾ ਤਾਂ ਦੇਲੀੋਂ ਬਾਹਰ ਚੁਗਾਠ ਥੰਮੀ ਖੜੂਤੀ ਸੀ ਮੇਰੀ ਮਾਂ ਕੋਲ ਆਉਣ ਤੇ ਬੁਖਲਾਈ ਅਬੜਵਾਈ ਜੀ ਬੋਲੀ ਇੰਨਾ ਚਿਰ ਕਿੱਥੇ ਲੱਗਿਆ ਗੱਡੀ ਤਾਂ ਲੇਟ ਹੋ ਕੇ ਵੀ 5 ਵਜੇ ਆ ਜਾਂਦੀ ਐ ਛੱਜਲੀ ਉਹਦੀ ਬੇਲੋੜੀ ਖਬਰਾੜ ਤੋਂ ਹੈਰਾਨ ਹੁੰਦਿਆ ਮੈਂ ਜਵਾਬ ਦਿੱਤਾ ਦੁਪਹਿਰ ਦੀ ਬਾਰਿਸ਼ ਕਰਕੇ ਰਸਤੇ 'ਚ ਹਰ ਜਗ੍ਹਾ ਚਿੱਕੜੀ ਚਿੱਕੜ ਸੀ ਡਿੱਗਦੇ ਬਚਦੇ ਖਾਮ ਖਾ ਦੇਰ ਹੋ ਗਈ ਮਾਣੇ ਦੋ ਸਾਈਕਲਾਂ ਵਾਲੇ ਬੰਦੇ ਸਟੇਸ਼ਨ ਤੋਂ ਲਿਆਉਣ ਚਾਰ ਕੋਛਾਜਲੀ ਭੇਜੇ ਸਨ ਵਾਪਸੀ ਤੇ ਉਹਨਾਂ ਨੇ ਇੱਕ ਸਾਈਕਲ ਮੇਰੇ ਹੱਥ ਫੜਾ ਦਿੱਤੀ ਦੂਜੇ ਤੇ ਆਪ ਸਵਾਰ ਹੋ ਗਏ ਭਾਵੇਂ ਸਰਦੀ ਮਹਿਸੂਸ ਆਉਣ ਵਾਲੀ ਨਹੀਂ ਸੀ ਉਹਨੇ ਮੇਰੇ ਨਹਾਉਣ ਲਈ ਪਾਣੀ ਗਰਮ ਹੋਣਾ ਰੱਖ ਦਿੱਤਾ ਕਹਿੰਦੀ ਚਾਰ ਕੋਸੀਆਂ ਗੜਵੀਆਂ ਪਿੰਡੇ ਤੇ ਸਿੱਟਿੰਗਾ ਤੇ ਥੱਕੇਵੇਂ ਲੈ ਜਾਓ ਉਧਰੋਂ ਵਹਿਲੀ ਹੋਈ ਤਾਂ ਰੋਟੀ ਬਣਾਉਣ ਲੱਗ ਪਈ ਪਿੰਡ ਦੇ ਲੋਕਾਂ ਨੇ ਤਾਂ ਪਹਿਲਾਂ ਹੀ ਪਕਾ ਕੇ ਖਾ ਕੇ ਲੰਮੀਆਂ ਤਾਂ ਰੱਖੀਆਂ ਸਨ ਉਹਨੂੰ ਪੇੜਾ ਵੇਲਦਿਆਂ ਵੇਖ ਕੇ ਮੈਨੂੰ ਸ਼ੱਕ ਹੋਇਆ। ਇਹਦੀ ਬਾਹਾਂ 'ਚ ਦਰਦ ਹੈ। ਉੱਥੇ ਜਿੱਥੋਂ ਗੁੱਟ ਟੁੱਟਿਆ ਸੀ। ਕੱਚੇ ਕੋਠੇ ਨੂੰ ਟਿਪਕਣੋਂ ਹਟਾਉਂਦੇ ਆ ਮੈਨੂੰ ਇਸ ਦਰਦ ਦੀ ਝਲਕ ਮਾਤਰ ਹੀ ਪਈ ਕਿਉਂ ਜੋ ਉਹ ਇਹਨੂੰ ਅੰਦਰ ਹੀ ਅੰਦਰ ਪੀ ਜਾ ਰਹੀ ਸੀ। ਸਾਹ ਦੇ ਨਾਲ-ਨਾਲ ਮੂੰਹ ਦੇ ਲੁਆਬ ਵੰਦ। ਤੁਹਾਡੀ ਬਾਹਾਂ ਕਿਵੇਂ ਆ ਬੀਬੀ ਜੀ? ਮੈਂ ਪੁੱਛਿਆ। ਸੁਣਿਆ ਜੰਗੀਰ ਤੋਂ ਠੀਕ ਤਰ੍ਹਾਂ ਨਹੀਂ ਜੁੜੀ। ਤੁਸੀਂ ਮੈਨੂੰ ਪਤਾ ਨਾ ਕੀਤਾ ਪਟਿਆਲੇ ਚੱਜ ਦੇ ਡਾਕਟਰ ਤੋਂ ਜੜਵਾਉਂਦੇ ਤਾਂ ਗਲਤੀ ਦਾ ਇਮਕਾਨ ਨਾ ਰਹਿੰਦਾ। ਮੇਰੀ ਬਾਹ ਇਹਦਾ ਬੜਾ ਜੰਗੀਰ ਕਹਿੰਦਾ ਸੀ ਦਿਨ ਪਾ ਕੇ ਆਪੇ ਟਿਚਨ ਹੋ ਜਾਊ ਉਹ ਬੇਪਰਵਾਹੀ ਨਾਲ ਮੁਸਕਰਾਉਂਦੀਆਂ ਮੁਸਕਰਾਉਂਦੀਆਂ ਕੋਈ ਮੈਂ ਜਾਣਦਾ ਸਾਂ ਜੇ ਹੱਡੀ ਕੁਥਾਂ ਜੁੜ ਜਾਏ ਤਾਂ ਡਾਕਟਰ ਨੂੰ ਆਪਣੀ ਹੱਥੀਂ ਤੋੜ ਕੇ ਦੁਬਾਰਾ ਗੰਢਣੀ ਪੈਂਦੀ ਹੈ ਦਰਦ ਵਕਤ ਨਾਲ ਆਪੇ ਚਲਾ ਜਾਏਗਾ ਇਹਦਾ ਮੈਨੂੰ ਇਤਬਾਰ ਨਾ ਆਇਆ ਮੈਂ ਨਿਸ਼ਚਾ ਕੀਤਾ ਇਹ ਜੋ ਮਰਜੀ ਆਖੀ ਜਾਏ ਪਟਿਆਲੇ ਨੂੰ ਲੈ ਹੀ ਜਾਣਾ ਨਹੀਂ ਤਾਂ ਸਮਝੋ ਉਮਰ ਭਗ ਭਰ ਦਾ ਰੋਗ ਪੱਲੇ ਪੈ ਗਿਆ ਮੇਰੇ ਸੌਣ ਲਈ ਉਹਨੇ ਦਰੀਦ ਚਾਦਰ ਖੇ ਸਾਫ ਸੰਦੂਕ ਚੋਂ ਕੱਢੇ ਆਪੇ ਮੰੰਜਾ ਟੇਡਾ ਕਰਕੇ ਬਿਸਤਰਾ ਵਿਛਾਇਆ ਮੈਂ ਹੱਥ ਵਟਾਉਣ ਨੂੰ ਜ਼ੋਰ ਮਾਰਦਾ ਰਿਹਾ ਪਰ ਉਹ ਮੰਨੀ ਹੀ ਨਾ ਮੇਰੀ ਥਕਾਵਟ ਦੀ ਹੀ ਰਾਗਣੀ ਗਈ ਦਰਦ ਉਹਨੂੰ ਇਸ ਚੱਕਰ ਚ ਵੀ ਅਵਸ਼ ਹੋਇਆ ਹੋਵੇਗਾ ਪਰ ਉਹ ਮੈਲੀ ਲਾਲਟਨ ਦੇ ਧੁੰਦਲੇ ਚਾਨਣ ਵਿੱਚ ਹੀ ਕਿਦਰੇ ਗਵਾਚ ਗਿਆ ਸਵੇਰੇ ਸਾਜਰੇ ਜਾ ਕੇ ਉਹਨੇ ਘਰ ਦੀ ਛਾੜ ਝਾੜ ਪਹੁੰਚ ਤੇ ਹੋਰ ਕੰਮ ਇਹੋ ਮੁਕਾਏ ਜਿਵੇਂ ਕੋਈ ਹਵਾ ਦਾ ਉਗਲਥਾ ਅਲਸਾਇਆ ਬੁੱਲਾ ਮੇਰੇ ਆਲੇ ਦੁਆਲੇ ਰੁਮ ਕਰਿਆ ਹੋਵੇ ਮੈਂ ਪਿੰਡ ਆਇਆ ਹੁੰਦਾ ਤਾਂ ਮੇਰੇ ਆਰਾਮ ਦੇ ਸਮੇਂ ਗਲੀ ਗਵਾਂਂ ਚ ਕਰਫਿਊ ਲਾ ਛੱੜਦੇ ਤੋੜ ਭੰਨ ਕੇ ਉੱਚਾ ਬੋਲ ਵੀ ਨਾ ਕੋਈ ਉੱਚਾ ਬੋਲ ਵੀ ਮੂੰਹੋਂ ਨਾ ਕੱਢ ਸਕਦਾ ਮੇਰੇ ਦੰਦਾਂ ਦੇ ਬੁਰਸ਼ ਮਾਰਨ ਤੱਕ ਚਾਹ ਬਣ ਚੁੱਕੀ ਸੀ ਪਤਲੀ ਤੋਂ ਗਲਾਸਾਂ ਚ ਉਲਟਾਉਣੀ ਬਾਕੀ ਸੀ ਕਿ ਬਲਬੀਰ ਨੇ ਹਾਕ ਮਾਰ ਲਈ ਅਬੀਰ ਜੀ ਬਾਹਰ ਨਹੀਂ ਚੱਲਣਾ ਪਿੰਡਾਂ ਚ ਕੁਦਰਤੀ ਹਾਜ਼ਤ ਪੂਰੀ ਕਰਨ ਲਈ ਸਵਕਤ ਤੇ ਨਿਆਂਿਆਂ ਦਾ ਰੁਖ ਕਰਨਾ ਪੈਂਦਾ ਮਾ ਨੇ ਆਪਣੀ ਜ਼ਿਆਦਾ ਗਲਾਸ ਬਲਬੀਰ ਸਿੰਘ ਦੇ ਨਾਂ ਨਾ ਕਰਦੇ ਉਹਨੂੰ ਖੜਾ ਹਟਾ ਕਹਿੰਦੀ ਕੋਈ ਗੱਲ ਨਹੀਂ ਮੈਂ ਬਿੰਦ ਚ ਹੋਰ ਬਣਾ ਲੈਣੀ ਆ ਦੁਪਹਿਰ ਦੀ ਰੋਟੀ ਦਾ ਸਵਾਲ ਇੰਨਾ ਸਹਿਲ ਨਹੀਂ ਸੀ ਉਹ ਫੁਲਕੇ ਸੇਕਣ ਤੋਂ ਘਟੂ ਘਟ ਘੰਟਾ ਪਹਿਲਾਂ ਆਟਾ ਗੁੰਨਦੀ ਸੀ ਇਹਦੇ ਬਿਨਾਂ ਉਹਦਾ ਵਿਚਾਰ ਸੀ ਆਟੇ ਦਾ ਕੰਨ ਨਹੀਂ ਭੇਜਦਾ ਤੇ ਸੁੱਕੇ ਆਟੇ ਦੀ ਰੋਟੀ ਥੋੜੇ ਕੀਤੇ ਹਜ਼ਮ ਨਹੀਂ ਹੁੰਦੀ ਕੱਚ ਬਣ ਕੇ ਅੰਦਰਾਂ ਚ ਰੜਕਦੀ ਰਹਿੰਦੀ ਐ ਮੈਂ ਜੰਗਲ ਕੋ ਕੀ ਪਰਤਿਆ ਤਾਂ ਮੁਲਾਕਾਤੀ ਡਿਗਣੇ ਸ਼ੁਰੂ ਹੋ ਗਏ ਇੱਕ ਜਾਵੇ ਦੋ ਆਪ ਧਮਕਣ ਜਦ ਵੀ ਅਠੀ ਦਸਵੀਂ ਮਹੀਨੀ ਘਰ ਜਾਈਦਾ ਤਾਂ ਇਵੇਂ ਹੀ ਹੁੰਦਾ ਮੈਂ ਨਾਤਾ ਵੀ ਨਲਕੇ ਦੇ ਫਰਸ਼ ਤੇ ਪਰਨਾ ਬਣ ਕੇ ਸਭ ਦੇ ਸਾਹਮਣੇ ਰੋਟੀ ਨੂੰ 2 ਵਜ ਗਏ ਮਾਂ ਚੁੱਲ੍ਹੇ ਦੇ ਵੱਟੇ ਨਾਲ ਚਿੱਕੀ ਲੱਕੜਾਂ ਸೀਖਦੀ ਰਹੀ ਤਵਾ ਚਾਲੂ ਕਰਨ ਦੀ ਉਡੀਕ ਵਿੱਚ ਤੇ ਅੰਤ ਖਿੱਚ ਕੇ ਮੇਰੇ ਜਗेंद्र ਤੇ ਤੇਜੋ ਅੱਗੇ ਥਾਲੀਆਂ ਭਰੋਸਤੀਆਂ ਕਈਆਂ ਚ ਲਾਉਣ ਵਾਲੇ ਕਿਸਾਨ ਸਧਾਰਨ ਚੇਪੇ ਜਿੰਨਾ ਅੰਨ ਤਾਂ ਲੋੜ ਦੇ ਹੀ ਐ ਮਾਂ ਦੇ ਖਾਣ ਲਈ ਦਾਲ ਦਾ ਕਿਣਕਾ ਵੀ ਨਾ ਬਚਿਆ ਤਰਕਾਲਾਂ ਪਈਆਂ ਤਾਂ ਕਹਿਣ ਲੱਗੀ ਜੇ ਇਹਨੂੰ ਖੇਚਲ ਨਾ ਸਮਝੇ ਖੜੇ ਖੜੇ ਖੇਤ ਹੋ ਆਈ ਤੈਨੂੰ ਤਾਂ ਆਪਣੀ ਭੁਇਂ ਦੀਆਂ ਵਟਾਂ ਡੋਲਾਂ ਦਾ ਵੀ ਪਤਾ ਨਹੀਂ ਉਹਦੀ ਗੱਲ ਸੱਚੀ ਸੀ ਜਿਹੜੇ ਚਾਰ ਸਿਆੜ ਮੇਰੇ ਨਾਮ ਬੋਲਦੇ ਸਨ ਉਹਨਾਂ ਦੀ ਦੇਖਭਾਲ ਮੈਂ ਉਸੇ ਦੇ ਸਿਰ ਛੁੱਟੀ ਹੋਈ ਸੀ ਨਾ ਜਾਣੇ ਉਹਨੂੰ ਡਰਾਇਆ ਹੋਵੇ ਮੇਰੀ ਅੱਖਾਂ ਮੀਟਣ ਪਿੱਛੋਂ ਸ਼ਰੀਕ ਜ਼ਮੀਨ ਨਾਲ ਦੱਬ ਲੈਣ ਜਾਂ ਸੋਚਦੀ ਹੋਵੇ ਆਪਣੇ ਘਰ 'ਚ ਮਿਲਣ ਵਾਲੇ ਕੋਈ ਦੁੱਖ ਸੁੱਖ ਸਾਂਝਾ ਨਹੀਂ ਕਰਨ ਦਿੰਦੇ ਤੇ ਰਾਹ ਚ ਆਉਂਦੇ ਜਾਂਦੇ ਤਾਂ ਮੌਕਾ ਮਿਲ ਪਰ ਮੈਂ ਬੂਟ ਦੇ ਫਿੱਤੇ ਕੱਸ ਰਿਆ ਸਾਂ ਜਦ ਕਸ਼ਮੀਰਾ ਹੌਂਕਦਾ ਆਇਆ ਤੇ ਕਹਿੰਦਾ ਭੰਗੂਆਂ ਦੇ ਅਗਵਾੜ ਚੱਲਣਾ ਮੜਾ ਜਾ ਉੱਥੇ ਸਰਜੀਆਂ ਦੇ ਖਿਉਣੇ ਕਿਆਂਦੇ ਸਿਰ ਪਾਟ ਰਹੇ ਨੇ ਆਪੋ ਚ ਪਾਣੀ ਦੀ ਅੱਧੀ ਖੜੀ ਪਿੱਛੇ ਥੋੜਾ ਮੂੰਹ ਦੇਖ ਕੇ ਟਿਕ ਟਕਾ ਕਰ ਲੈਣਗੇ ਨਹੀਂ ਤਾਂ ਖੂਨ ਖਰਾਬਾ ਹੋਇਆ ਕਿ ਹੋਇਆ ਉਹ ਅੰਤ ਦੀ ਤਦਦੀ ਚ ਸੀ ਮੈਨੂੰ ਲੇਖੇ ਨਾਲ ਬਾਹੂ ਕਸੀਟ ਕੇ ਮੌਕੇ ਤੇ ਲੈ ਗਿਆ ਉੱਥੇ ਕਦੇ ਇਹਦੀ ਸੁਣ ਕਦੇ ਉਹਨੂੰ ਸਮਝਾ ਰਾਤ ਲਾਥਾਈ ਸਾਡੇ ਆਪਣੇ ਖੇਤ ਦਾ ਢੇੜਾ ਧਰਿਆ ਧਰਾਇਆ ਰਹਿ ਗਿਆ ਅਗਲੇ ਦਿਨ ਮੈਂ ਸੌਰੀ ਪਿੰਡ ਜਾਣਾ ਸੀ ਫੇਰ ਘਰ ਵਾਲੀ ਸਮੇਤ ਡਿਊਟੀ ਤੇ ਸ਼ਹਿਰ ਸਿੱਧਾ ਸਫ਼ਰ ਕਰਨਾ ਹੁੰਦਾ ਤਾਂ ਮਾਂ ਨੂੰ ਵੀ ਨਾਲ ਲਿਜਾਇਆ ਜਾ ਸਕਦਾ ਸੀ ਪਰ ਮਜਬੂਰੀ ਹੋ ਗਈ ਉਹ ਮੈਨੂੰ ਪਿੰਡੋਂ ਬਾਹਰ ਸਕੂਲ ਤੱਕ ਵਿਦਾ ਕਰਨ ਆਈ ਤਾਂ ਮੈਂ ਕਿਹਾ ਬੀਬੀ ਜੀ ਤੁਸੀਂ ਇੱਕ ਅੱਧੇ ਦਿਨ ਚ ਸਾਡੇ ਕੋਲ ਪਟਿਆਲੇ ਪਹੁੰਚ ਜਾਣਾ ਤੁਹਾਡੀ ਇਹ ਬਾਹ ਡਾਕਟਰਾਂ ਨੂੰ ਦਿਖਾਉਣੀ ਨਿਹਾਇਤ ਜ਼ਰੂਰੀ ਹੈ ਹੋਰ ਸੁਸਤੀ ਚੰਗੀ ਨਹੀਂ ਉਹਨੇ ਸਿਰ ਨੀਵਾਂ ਕਰਕੇ ਦੱਬਵਾ ਜੇ ਉੱਤਰ ਦਿੱਤਾ ਅੱਛਾ ਉਹਦਾ ਮੂੰਹ ਮੈਨੂੰ ਨਜ਼ਰ ਨਹੀਂ ਸੀ ਆ ਰਿਹਾ ਪਰ ਉਹਦੇ ਹੰਝੂ ਜ਼ਮੀਨ ਤੇ ਟਪਕਦੇ ਦਿਸ ਪਏ ਪਤਾ ਨਹੀਂ ਕਿਉਂ ਇਸ ਤਰ੍ਹਾਂ ਉਦਾਸੀ ਨੇ ਘੇਰ ਲਈ ਬਿਨਾਂ ਗੱਲੂ ਮੈਂ ਉਹਨੂੰ ਜੱਫੀ 'ਚ ਘੁੱਟ ਕੇ ਉਹਦੀਆਂ ਅੱਖਾਂ ਉਹਦੀ ਚੁੰਨੀ ਨਾਲ ਪੂੰਝ ਦਿੱਤੀਆਂ ਤੀਜੇ ਦਿਨ ਉਹ ਮੇਰੇ ਕੋਲ ਆਉਣ ਦੀ ਬਜਾਏ ਰੱਬ ਕੋਲ ਤੁਰ ਗਏ ਅਚੰਤਿਤ ਦਿਮਾਗ ਦੀ ਕੋਈ ਨਸ ਫੱਟਣ ਨਾਲ 100 ਬਿਸਵੇ ਜਿਹੜੇ ਲੋਕ ਆਪਣੀਆਂ ਸਿੱਕਾਂ ਸ਼ਿਕਾਇਤਾਂ ਆਪਣੇ ਸੀਨੇ ਚ ਲੁਕਾਈ ਤੁਰੇ ਫਿਰਨ ਉਹਨਾਂ ਨਾਲ ਅਕਸਰ ਜਿਆ ਹੋ ਜਾਂਦਾ ਹੈ ਮਾਂ ਨੂੰ ਗੁਜ਼ਰਿਆ 20 ਸਾਲ ਬੀਤ ਚੁੱਕੇ ਹੈ ਲਗਭਗ 21 ਉਹਦੀ ਜੋਤ ਉਦੋਂ ਹੀ ਪਰਮ ਜੋਤ ਵਿੱਚ ਸਮਾ ਗਈ ਹੋएगी ਜਾਂ ਫਿਰ ਉਹਨੇ ਕੋਈ ਹੋਰ ਜਾਮਾ ਅਖਤਿਆਰ ਕਰ ਲਿਆ ਹੋਵੇਗਾ ਉਹਦੇ ਗੁੱਟ 'ਚ ਹੁਣ ਕਦਾ ਚਿੱਤ ਦਰਦ ਨਹੀਂ ਹੁੰਦਾ ਹੋਣਾ ਫਿਰ ਉਸੇ ਭਾਂਤ ਦਾ ਦਰਦ ਮੇਰੇ ਗੁੱਟ 'ਚ ਕਿਉਂ ਟਿਕ ਗਿਆ ਤੁਸੀਂ ਯਕੀਨ ਜਾਣੋ ਇਹ ਮੇਰਾ ਵਹਿਮ ਨਹੀਂ ਡਾਕਟਰ ਆਪੁਲੇਖਾ ਖਾ ਗਿਆ ਮੈਂ ਭਲਾ ਸਿਰ ਫੇਰਿਆ ਪਾਗਲ ਕਿ ਵਹਿਮ ਨੂੰ ਯਥਾਰਥ ਮੰਨ ਲਵਾਂ ਅਗਲੀ ਕਹਾਣੀ ਹੈ ਰਿਸ਼ਤੇ ਨਵੇਂ ਪੁਰਾਣੇ ਡਾਕਟਰ ਸੁਵਿੰਦਰ ਸਿੰਘ ਉਪਲ ਦੀ ਕਹਾਣੀ ਹੈ ਹੋਵੇ ਨਾ ਹੋਵੇ ਇਹ ਆਪਣਾ ਤਲਬ ਇਲਮ ਜਗਿੰਦਰ ਹੀ ਨਾ ਹੋਵੇ ਬੁੱਢੇ ਮਾਸਟਰ ਮੂਨ ਦਾਲਨੀ ਜਿਉਂ ਹੀ ਅਖਬਾਰ ਚ ਇੱਕ ਸਰਦਾਰ ਦੀ ਚੱਪੀ ਤਸਵੀਰ ਵੇਖੀ ਤੇ ਨਾਮ ਪੜਿਆ ਤਾਂ ਉਸ ਮਨੀ ਮਨ ਆਖਿਆ ਉਹ ਸੈਨਿਕ ਦੇ ਸ਼ੀਸ਼ਿਆਂ ਨੂੰ ਸਾਫ਼ ਕਰ ਬੁੱਢੀਆਂ ਅੱਖਾਂ ਨੂੰ ਅਖਬਾਰ ਦੇ ਨੇੜੇ ਕਰਕੇ ਇੱਕ ਵਾਰੀ ਫੇਰ ਤਸਵੀਰ ਨੂੰ ਗੋਹ ਨਾਲ ਦੇਖਿਆ ਤਸਵੀਰ ਹੇਠਾਂ ਛਪਿਆ ਸੀ ਡਾਕਟਰ ਜੀ ਐਸ ਬਿੰਦਰਾ ਜੋ ਨੈਸ਼ਨਲ ਕਾਲਜ ਕਰੋਲ ਕਰੋਲ ਬਾਗ ਨਵੀਂ ਦਿੱਲੀ ਦੇ ਪੰਜਾਬੀ ਵਿਭਾਗ ਦੇ ਮੁਖੀ ਹਨ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਚੁਣੇ ਗਏ ਆਪ ਪਿਛੋਂ ਪੱਛਮੀ ਪੰਜਾਬ ਮਤਲਬ ਪਾਕਿਸਤਾਨ ਦੇ ਜੰਮਪਲ ਹਨ ਤੇ ਯਤਨ ਕਰ ਰਹੇ ਹਨ ਕਿ ਭਾਰਤ ਤੇ ਪਾਕਿਸਤਾਨ ਚ ਸੱਭਿਆਚਾਰਕ ਮੇਲ ਜੋਲ ਵਧਾਇਆ ਜਾਏ ਮਾਸਟਰ ਮੋਨ ਲਾਲ ਕਿਨਾਂ ਜੀ ਰੋਸ ਤਸਵੀਰ ਵਿੱਚੋਂ ਅੱਜ ਤੋਂ ਕੋਈ 35 ਸਾਲ ਪਹਿਲਾਂ ਦੇ ਨੈਣ ਨਕਸ਼ ਪਛਾਣਨ ਦਾ ਯਤਨ ਕਰਦਾ ਰਿਹਾ ਜਦੋਂ ਇਹ ਵਿਅਕਤੀ ਧਮਾਲੀ ਪਿੰਡ ਚੋਂ ਦਾ ਅੱਠਵੀਂ ਦਾ ਵਿਦਿਆਰਥੀ ਹੁੰਦਾ ਸੀ ਕੁਝ ਸੁਪਚਨ ਪਿੱਛੋਂ ਉਹਨੂੰ ਯਾਦ ਆਇਆ ਉਹਦੇ ਪਿਤਾ ਦਾ ਨਾਮ ਸੋਹਣ ਸਿੰਘ ਬਿੰਦਰਾ ਸੀ ਜ਼ਰੂਰ ਇਹ ਆਪਣਾ ਜਗਿੰਦਰ ਹੀ ਹੋਣਾ ਮੇਰੀ ਆਤਮਾ ਧੋਖਾ ਨਹੀਂ ਖਾ ਸਕਦੀ ਲਾਇਬ੍ਰੇਰੀ ਚ ਇਧਰ ਉਧਰ ਬੈਠੇ ਲੋਕਾਂ ਵੱਲ ਉਸ ਵੇਖਿਆ ਸਭ ਅਖਬਾਰਾਂ ਰਸਾਲੇ ਪੜਨ ਚ ਮਗਨ ਸਨ ਮਾਸਟਰ ਮੋਹਨ ਲਾਲ ਦਾ ਮਨ ਕੀਤਾ ਅਖਬਾਰ ਵਿੱਚੋਂ ਆਪਣੇ ਸ਼ਗਿਰਦ ਦੀ ਤਸਵੀਰ ਫਾੜ ਕੇ ਘਰ ਲੈ ਜਾਏ ਤੇ ਆਪਣੀ ਪਤਨੀ ਹਰਦੇਈ ਦੀਆਂ ਦੋ ਹੋ ਰੱਖਾਂ ਰਾਈ ਗਵਾਹੀ ਪਵਾਏ ਕਿ ਇਹ ਤਾਂ ਆਪਣਾ ਜੁਗਿੰਦਰ ਹੀ ਹੈ ਪਰ ਉਹਦੇ ਅੰਦਰ ਵਾਸਤੇ ਮਾਸਟਰ ਨੇ ਉਹਨੂੰ ਇੰਜ ਕਰਨ ਦੀ ਇਜਾਜ਼ਤ ਨਾ ਦਿੱਤੀ ਕੋਈ ਨਹੀਂ ਬਾਜ਼ਾਰੋਂ ਖਵਾਰੀ ਖਰੀਦ ਲਾਂਗਾ ਬੀੜੀਆਂ ਉੱਤੇ ਕੀਤੇ ਜਾਣ ਵਾਲੇ ਆਪਣੇ ਖਰਚੇ ਚੁੱਤੀ ਪੈਸੀ ਔਖੇ ਸੌਕੇ ਕਾਢੀ ਲਵਾਂਗਾ ਤਸਵੀਰ ਨੂੰ ਬਾਰ ਬਾਰ ਵੇਖ ਕੇ ਵੀ ਉਹਦਾ ਦਿਲ ਨਹੀਂ ਸੀ ਭਰਿਆ ਉਸ ਨਾਲ ਟਿਕ ਟਿਕੇ ਲਗਾ ਕੇ ਤੱਕਦਾ ਹੀ ਰਿਹਾ ਤੱਕਦੇ ਆਂ ਤੱਕਦੇ ਆਂ ਮਨ ਨੇ 45 ਸਾਲ ਪੁਰਾਣੀ ਉਮਰ ਦੀ ਕਿਤਾਬ ਦੀ ਵਰਕੇ ਫਰੋਲਣੇ ਸ਼ੁਰੂ ਕਰਦੇ ਜਦੋਂ ਮਾਸਟਰ ਲੱਗ ਕੇ ਧਮਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਪੜਾਉਣ ਲਈ ਗਿਆ ਸੀ ਪਿੰਡ ਦੇ ਚੌਧਰੀ ਸੋਹਣ ਸਿੰਘ ਨੇ ਉਹਦਾ ਬੜਾ ਸਵਾਗਤ ਕੀਤਾ ਸੀ ਆਪਣੀ ਬੈਠਕ 'ਚ ਬਿਠਾ ਕੇ ਉਹਨੂੰ ਗਰਮ-ਗਰਮ ਦੁੱਧ ਦਾ ਗਲਾਸ ਪੁਲਾਇਆ ਸੀ ਫਿਰ ਉਸ ਆਪਣੀ ਇੱਕ ਹਵੇਲੀ ਰਹਿਣ ਲਈ ਮੁਫਤ ਦੇ ਦਿੱਤੀ ਸੀ ਮੈਂ ਵੀ ਜਿੰਨੀ ਵਾਹ ਲੱਗਦੀ ਸੀ ਉਹਦਾ ਕੀਤ ਐਹਸਾਨ ਲਾਉਣ ਦੀ ਕੋਸ਼ਿਸ਼ ਕੀਤੀ ਸੀ ਹਰ ਰਾਤ ਮੈਂ ਜਗਿੰਦਰ ਨੂੰ ਆਪਣੇ ਘਰ 3-4 ਘੰਟੇ ਮੁਫਤ ਪੜਾਉਂਦਾ ਸਾਂ ਮੈਂ ਜਗਿੰਦਰ ਨੂੰ ਆਪਣਾ ਪੁੱਤਰ ਸਮਝ ਕੇ ਬੜੀ ਲਗਨ ਤੇ ਮਿਹਨਤ ਨਾਲ ਪੜਾਇਆ ਸੀ ਡਿਸਟ੍ਰਿਕਟ ਬੋਰਡ ਦੇ ਪ੍ਰਾਇਮਰੀ ਇਮਤਿਹਾਨ 'ਚ ਅਵਲ ਆਇਆ ਸੀ ਪਿੰਡ 'ਚ ਕਿੰਨੀਆਂ ਖੁਸ਼ੀਆਂ ਮਨਾਇਆਂ ਗਈਆਂ ਸੀ ਚੌਧਰੀ ਨੇ ਮੈਨੂੰ ਤੇ ਹਰਦੇਈ ਨੂੰ ਤਰੇਗੜ ਕੱਪੜੇ ਲੈ ਦਿੱਤੇ ਸਨ ਹਰ ਰੋਜ਼ ਚੌਧਰੀ ਦੇ ਘਰੋਂ ਸਾਡੇ ਲਈ ਦੁੱਧ ਲੱਸੀ ਮੱਖਣ ਆਉਂਦਾ ਹੁੰਦਾ ਸੀ ਫਿਰ ਮੇਰੇ ਚੌਧਰੀ ਤੇ ਪਿੰਡ ਵਾਲਿਆਂ ਦੀ ਯਤਨਾਂ ਨਾਲ ਸਕੂਲ ਪ੍ਰਾਇਮਰੀ ਤੋਂ ਮਿਡਲ ਹੋ ਗਿਆ ਸੀ 4 ਸਾਲ ਦੀ ਮੇਰੀ ਮਿਹਨਤ ਵਿੱਚੋਂ ਇਹ ਬੋਰਡ ਦੇ ਮਿਡਲ ਇਮਤਿਹਾਨ ਵਿੱਚ ਵੀ ਅੱਭਾ ਲਾਇਆ ਸੀ ਮੈਂ ਉਸ ਪਿੰਡ 'ਚ 10 ਸਾਲ ਰਿਹਾ ਤੇ ਮੈਂ ਕਦੀ ਮਹਿਸੂਸ ਹੀ ਨਹੀਂ ਸੀ ਕੀਤਾ ਕਿ ਮੈਂ ਪਿੰਡ ਲਈ ਪਰਾਇਆ ਜਾਂ ਪਿੰਡ ਮੇਰੇ ਲਈ ਪਰਾਇਆ ਮਾਸਟਰ ਮੋਨ ਸਿੰਘ ਅੱਜਕੱਲ ਸਦਰ ਬਾਜ਼ਾਰ ਦੇ ਇਲਾਕੇ ਦੇ ਇੱਕ ਕਮਰੀ ਖੜੁੱਤੀ ਚ ਰਹਿੰਦਾ ਜੋ ਪਹਿਲਾਂ ਅਲਾਰਟ ਹੋਈ ਸੀ ਤੇ ਪਿਛੋਂ ਕਲੇਮਾਂ ਚ ਪੱਕੀ ਮਿਲ ਗਈ ਸੀ ਪਾਕਿਸਤਾਨ ਬਣਨ ਪਿਛੋਂ ਇਸ ਮਿਲ ਮਿਲਾ ਕੇ ਇਸ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਨੌਕਰੀ ਲੈ ਲਈ ਸੀ ਤੇ ਹੁਣ ਇਹਨੂੰ ਰਿਟਾਇਰ ਹੋયા ਵੀ 15 ਸਾਲ ਹੋ ਗਏ ਸਨ ਘਰ ਚ ਉਹ ਤੇ ਉਹਦੀ ਬੁੱਢੀ ਸਾਥਨ ਹਰਦੇ ਹੀ ਐ ਸਾਰੀ ਉਮਰ ਦੌਰਾਨ ਆਪਣੇ ਬੱਚੇ ਦੇ ਮੂੰਹ ਨੂੰ ਸਹੱਕਦੇ ਰਹੇ ਪਰ ਔਲਾਦ ਨਹੀਂ ਹੋਈ ਕਰਦਾ ਗੁਜ਼ਾਰਾ ਆਪਣੀ ਪੈਨਸ਼ਨ ਤੇ ਬੈਂਕ 'ਚ ਕੁਝ ਜੋੜ ਰੱਖੇ ਪੈਸਿਆਂ ਨੂੰ ਹੌਲੀ-ਹੌਲੀ ਪੋੜ ਕੇ ਕਰ ਲੈਂਦੇ ਐ। ਦੁਪਹਿਰ ਨੂੰ ਰੋਟੀ ਖਾ ਕੇ ਹਰ ਰੋਜ਼ ਅਖਬਾਰ ਰਸਾਲੇ ਪੜ੍ਹਨ ਲਈ ਇਸ ਸਰਕਾਰੀ ਲਾਇਬ੍ਰੇਰੀ 'ਚ ਦੋ ਤਿੰਨ ਘੰਟਿਆਂ ਲਈ ਆ ਬੈਠਦਾ ਐ। ਇਹ ਲਾਇਬ੍ਰੇਰੀ ਉਹਦੇ ਘਰ ਤੋਂ ਬਹੁਤੀ ਦੂਰ ਨਹੀਂ। ਇਸ ਬਹਾਨੇ ਸੈਰ ਵੀ ਹੋ ਜਾਂਦੀ ਐ ਤੇ ਅਖਬਾਰਾਂ ਵੀ ਪੜ੍ਹ ਲਈਆਂ ਜਾਂਦੀਆਂ। ਬਾਜ਼ਾਰ ਜਾ ਕੇ ਉਹਦੇ ਤਿੰਨ ਅਖਬਾਰਾਂ ਵੇਚਣ ਵਾਲਿਆਂ ਤੋਂ ਉਸ ਅਖਬਾਰ ਦਾ ਪਤਾ ਕੀਤਾ। ਜਿਸ ਵਿੱਚ ਉਹਦੇ ਸ਼ਾਗਿਰਦ ਜਗਿੰਦਰ ਦੀ ਫੋਟੋ छਪੀ ਸੀ। ਪਰ ਅਖਬਾਰ ਉਰਦੂ ਦੀ ਫ਼ੋਨ ਕਾਰਨ ਉਹਨੂੰ ਇਸ ਇਲਾਕੇ ਚੋਂ ਕਿਧਰੋਂ ਵੀ ਨਾ ਮਿਲੀ ਦਿੱਲੀ ਚ ਉਰਦੂ ਨਾਲ ਇਹ ਸ਼ਲੋਕ ਉਹ ਮੂੰਹ ਚ ਬੁੜਬੜਾਇਆ ਪਰ ਉਸ ਆਪਣੇ ਉਤਸ਼ਾਹ ਨੂੰ ਕਿਸੇ ਗੱਲੋਂ ਘਟਣਾ ਹੋਣ ਦਿੱਤਾ ਤੇ ਕਾਲੀ ਕਾਲੀ ਘਰਵਾਲ ਚੱਲ ਪਿਆ ਅੱਜ ਬੜੇ ਖੁਸ਼-ਖੁਸ਼ ਪੇ ਨਜ਼ਰ ਆਨੇ ਕਿ ਮਿਲ ਗਿਆ ਜੇ ਘਰਵਡ ਅਨਸਾਰ ਹਰਦਈ ਨੇ ਉਹਦੇ ਚਮਕਦੇ ਚਿਹਰੇ ਨੂੰ ਵੇਖ ਕੇ ਆਖਿਆ ਪਤਾ ਹੈ ਸਾਡਾ ਆਪਣਾ ਜਗਿੰਦਰ ਅੱਜਕੱਲ ਬੜਾ ਵੱਡਾ ਪ੍ਰੋਫੈਸਰ ਲੱਗਿਆ ਹੋਇਆ ਹੈ ਇੱਥੇ ਨੈਸ਼ਨਲ ਕਾਲਜ ਚ ਸਾਡੇ ਗਵਾਨ ਤੇ ਸਾਨੂੰ ਪਤਾ ਹੀ ਨਹੀਂ ਮਾਸਟਰ ਮੋਨ ਲਾਲ ਸਭ ਕੁਝ ਇੱਕੋ ਵਾਰ ਹੀ ਕਹਿ ਗਿਆ ਕਿਹੜਾ ਜਗਿੰਦਰ ਹਰਦੈ ਨੇ ਹੈਰਾਨ ਹੋ ਕੇ ਪੁੱਛਿਆ ਉਹ ਆਪਣੇ ਚੌਧਰੀ ਸੋਹਣ ਸਿੰਘ ਦਾ ਪੁੱਤਰ ਕਿਹੜੇ ਚੌਧਰੀ ਸੋਹਣ ਸਿੰਘ ਦਾ ਉਹ ਤੈਨੂੰ ਤਾਂ ਭੁੱਲ ਗਏ ਲੋਕੇ ਕੁਝ ਯਾਦ ਹੀ ਨਹੀਂ ਰੰਦਾ ਆਤਮਾਲੀ ਪਿੰਡ ਦੇ ਚੌਧਰੀ ਸੋਹਣ ਸਿੰਘ ਨੂੰ ਤੂੰ ਭੁੱਲ ਗਈ ਜਿਹਦੀ ਹਵੇਲੀ ਚ ਅਸਾਂ 10 ਸਾਲ ਕੱਟੇ ਸੀ ਅੱਛਾ ਅੱਛਾ ਹੁਣ ਯਾਦ ਆਇਆ ਮੁੱਧ ਤਾਂ ਹੋ ਗਈਆਂ ਨੇ ਤੇ ਹੁਣ ਬਹੁਤਾ ਕੁਝ ਵਿਸਰ ਹੀ ਗਿਆ ਹਲਾ ਆਪਣਾ ਜਗਿੰਦਰ ਕਿੱਥੇ ਮਿਲਿਆ ਮਿਲਿਆ ਨਹੀਂ ਉਹਦੀ ਤਸਵੀਰ ਆ ਜਖਬਾਰ ਚ ਛਪੀਏ ਮੈਂ ਸੋਚਣਾ ਕੱਲ ਉਹਨੂੰ ਮੇਲਾਵਾਂ ਇੱਥੋਂ ਨੇੜੇ ਹੀ ਇੱਕ ਰੋਲ ਬਾਗ ਜਿੱਥੇ ਉਹ ਕਾਲਜ ਚ ਪ੍ਰੋਫੈਸਰ ਲੱਗਾ ਹੋਇਆ ਡਾਕਟਰ ਜਗਿੰਦਰ ਸਿੰਘ ਐਮ ਐ ਪੀ ਐਚ ਡੀ ਉਹ ਡਾਕਟਰੇ ਤਾਂ ਚੰਗਾ ਹੈ ਕੱਲ ਤਾਂ ਮੈਨੂੰ ਕਮਰੋੜਾਂ ਚ ਕੁਝ ਦਰਦ ਹੋ ਰਿਹਾ ਉਹਨੂੰ ਕੱਲ ਵਿਖਾ ਦੇਾਂਗੇ ਪਗਲੀਏ ਉਹ ਦਵਾਈਆਂ ਦਾ ਡਾਕਟਰ ਨਹੀਂ ਕਿਤਾਬਾਂ ਦਾ ਡਾਕਟਰ ਹੈ ਪੜ੍ਹਾਈ ਦਾ ਵੱਡਾ ਅਫਸਰ ਪੀ ਐਚ ਡੀ ਫਿਰ ਉਸ ਸਾਨੂੰ ਕਿੱਥੇ ਪਹੁੰਚਾਣਾ ਹੈ ਅੱਜਕੱਲ ਆਪਣੇ ਨਹੀਂ ਸਿਆਣ ਦੇ ਉਹ ਤਾਂ ਫੇਰ ਪਰਾਇਆ ਪਰਾਇਆ ਸ਼ਬਦ ਨੇ ਜਿਵੇਂ ਮਾਸਟਰ ਮੋਹਨ ਲਾਲ ਦੇ ਕੋਮਲ ਹਿਰਦੇ ਨੂੰ ਬੰਦੂਕ ਦੀ ਗੋਲੀ ਬਣ ਕੇ ਜ਼ਖਮੀ ਕਰ ਦਿੱਤਾ ਹੋਵੇ ਉਹਨੂੰ ਹਿਰਦਈ ਤੇ ਕੁਝ ਗੁੱਸਾ ਆ ਗਿਆ ਪਰਾਇਆ ਕਿੱਥੇ ਐ ਤੈਨੂੰ ਪਤਾ ਨਹੀਂ ਮੈਂ 8 ਸਾਲ ਉਤੇ ਮਗਜ਼ ਬੱਚੀ ਕੀਤੀ ਸੀ ਤੇ ਹੁਣ ਉਹ ਵੱਡਾ ਆਦਮੀ ਬਣ ਗਿਆ ਤਾਂ ਹੀ ਆਪਣੇ ਉਸਤਾਦ ਨੂੰ ਸਿਆਣੇਗਾ ਨੇ ਮੇਰਾ ਦਿਲ ਕਹਿੰਦਾ ਉਹ ਮੈਨੂੰ ਜ਼ਰੂਰ ਪਛਾਣੇਗਾ ਤੇ ਆਪਣੇ ਦੋਸਤਾਂ ਸ਼ਗਿਰਦਾਂ ਨਾਲ ਮੇਰੀ ਜਾਣ ਪਛਾਣ ਕਰਾਏਗਾ ਕਿ ਉਹ ਮਾਸਟਰ ਸੋਨ ਲਾਲ ਨੇ ਜਿਨ੍ਹਾਂ ਮੈਨੂੰ ਕੱਚੀ ਤੋਂ ਲੈ ਕੇ 8ਵੀਂ ਤੱਕ ਪੜਾਇਆ ਸੀ ਆਖਰ ਉਹ ਪੁੱਤਰ ਤਾਂ ਚੌਧਰੀ ਸੋਹਣ ਸਿੰਘ ਦਾ ਹੀ ਹੈ ਨਾ ਤੁਸੀਂ ਤਾਂ ਉਹਨੂੰ ਕਈ ਵਾਰ ਮਾਰਿਆ ਵੀ ਸੀ ਪਗਲੀਏ 우ਸਤਾਦ ਸ਼ਾਗਿਰਦ ਨੂੰ ਉਹਦੀ ਬਿਹਤਰੀ ਲਈ ਸਜ਼ਾ ਦਿੰਦਾ ਹੈ ਦੁੱਖ ਦੇਣ ਲਈ ਨਹੀਂ ਆਪਣੇ ਇਲਾਕੇ ਦੀਆਂ ਗੱਲਾਂ ਹੋਰ ਸੀ ਹੁਣ ਤਾਂ ਲੋਕਾਂ ਦੇ ਖੂਨ ਪਤਲੇ ਪੈ ਗਏ ਨੇ ਨਹੀਂ ਨਹੀਂ ਤੂੰ ਵੇਖੀ ਉਹ ਮੇਰੀ ਕਿੰਨੀ ਇੱਜ਼ਤ ਕਰੇਗਾ ਮੈਂ ਉਹਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਫ ਹਾਂ ਕਹਿਣ ਨੂੰ ਤਾਂ ਮਾਸਟਰ ਮੋਨ ਲਾਲ ਨੇ ਸਾਰਾ ਕੁਝ ਬੜੇ ਧਾਗੇ ਨਾਲ ਕਹਿ ਦਿੱਤਾ ਪਰ ਉਹਦੇ ਮਨ ਦੇ ਕਿਸੇ ਕੋਨੇ 'ਚ ਇੱਕ ਆਵਾਜ਼ ਉੱਠੀ ਜੇ ਉਸ ਤੈਨੂੰ ਸਿਆਣਿਆ ਹੀ ਨਾ ਜਦ ਸਿਆਣਕੇ ਵੀ ਉਸ ਤੈਨੂੰ ਬੁਲਾਇਆ ਨਾ ਫੇਰ ਇਹ ਸੋਚ ਕੇ ਉਹਨੇ ਉਸ ਸ਼ਾਹ ਨੂੰ ਕੁਝ ਘਟਾ ਦਿੱਤਾ ਉਹ ਆਪਣੀ ਪਤਨੀ ਨੂੰ ਕਦੀ ਨਾਲ ਨਹੀਂ ਖੜੇਗਾ ਇਹ ਕੱਲਿਆਂ ਹੋਈ ਬੇਇੱਜ਼ਤੀ ਦੀ ਨੋਕ ਘਟ ਚੁੰਦੀ ਹੈ ਤੇ ਕਲਪਨਾ ਨਾਲ ਉਹਨੂੰ ਸੁਖਾਵਾਂ ਵੀ ਦੱਸਿਆ ਜਾ ਸਕਦਾ ਹੈ ਰਾਤੀ ਰੋਟੀ ਖਾ ਕੇ ਆਪਣੇ ਬਿਸਤਰੇ 'ਚ ਲੇਟਿਆ ਲੇਟਿਆ ਦੋ ਦਲੀਲੀਆਂ ਦੇ ਪਹਵਾਰ 'ਚ ਰੁੱੜਦਾ ਰਿਹਾ ਕਦੀ ਸੋਚਦਾ ਜਗਿੰਦਰ ਮੈਨੂੰ ਪਛਾਣ ਲਏਗਾ ਤੇ ਜਦੋਂ ਮੈਂ ਦੱਸਾਂਗਾ ਕਿ ਮੈਂ ਮਾਸਟਰ ਮੋਨ ਲਾਲ ਹਾਂ ਤਾਂ ਖੁਸ਼ੀ 'ਚ ਪਾਗਲ ਹੋ ਜਾਏਗਾ ਮੈਨੂੰ ਜਫੀ ਚ ਲੈ ਲੇਗਾ ਆਪਣੇ ਪ੍ਰਿੰਸੀਪਲ ਕੋਲ ਲਾ ਜਾ ਕੇ ਬੜੇ ادب ਨਾਲ ਮੇਰੀ ਜਾਣ ਪਛਾਣ ਕਰਾਏਗਾ ਕਿ ਮੈਂ ਅੱਜ ਜੋ ਕੁਝ ਵੀ ਆਇਆ ਨਾ ਮਾਸਟਰ ਹੋਣਾਂ ਦੀ ਬਦਾਲਤਾਂ ਫਿਰ ਸੋਚਦਾ ਜਗਿੰਦਰ ਉਸ ਵੇਲੇ ਆਖਰੀ ਬੱਚਾ ਹੀ ਤਾਂ ਸੀ ਤੇ ਬਚਪਨ ਦੀਆਂ ਸਾਰੀਆਂ ਗੱਲਾਂ ਇੰਨੇ ਸਾਲ ਤੀ ਕਿੱਥੇ ਯਾਦ ਰਹਿੰਦੀਆਂ ਨੇ ਤੇ ਜੇ ਉਹਨੇ ਨਾਂ ਸਿਆਣਿਆਂ ਤੋਂ ਬੜੀ ਬੇਇੱਜ਼ਤੀ ਹੋਏਗੀ ਸ਼ਾਗਿਰਦ ਕੋਲੋਂ ਬੇਇੱਜ਼ਤੀ ਕਰਾਉਣ ਨਾਲੋਂ ਤਾਂ ਨਾ ਜਾਣਾ ਚੰਗਾ ਮੇਰਾ ਖੁਸ਼ ਗਵਾਰ ਭਰਮ ਤਾਂ ਬਣਿਆ ਰਹੇਗਾ ਹਰਦਈ ਦੇ ਸ਼ਾਮੀ ਆਖੇ ਸ਼ਬਦ ਉਹਨੂੰ ਫੇਰ ਯਾਦ ਆਏ। ਅੱਜਕੱਲ ਆਪਣੇ ਨਹੀਂ ਸਿਆਣ ਦੇ ਉਹ ਤਾਂ ਫੇਰ ਭਰਿਆ। ਤੇ ਇਸ ਦੋ ਦਲੀਲੀਆਂ ਦੇ ਝੱਕੜ 'ਚ ਪਤਾ ਨਹੀਂ ਕਿਸ ਵੇਲੇ ਉਹਨੂੰ ਨੀਂਦ ਆ ਗਈ। ਸਵੇਰੇ ਜਾਗਣ ਸਮੇਂ ਵੀ ਇਹੋ ਖਿਆਲ ਉਹਨੂੰ ਘੇਰੀ ਬੈਠਾ ਸੀ। ਅਚੇਤ ਹੀ ਉਸ ਆਪਣੇ ਟਰੰਕ ਨੂੰ ਖੋਲਿਆ। ਇੱਕ ਘਰੇ ਧੋਤੀ ਹੋਈ ਸਲਵਾਰ ਤੇ ਕਮੀਜ਼ ਕੱਢੀ। ਹੇਠੋਂ ਕਸੀ ਪੁਰਾਣੀ ਲੁੰਗੀ ਕੱਢੀ। ਖਿੱਲੀ ਨਾਲੋਂ ਕੁਲਾ ਲਾਇਆ। ਉਹਨੂੰ ਝਾੜਿਆ ਪੁੰਜਿਆ ਸਰੀਰ ਤਿਆਰੀ ਕਰ ਰਿਹਾ ਸੀ ਜਾਣ ਦੀ। ਪਰ ਮਨ ਇੰਜ ਕਰਨ ਤੋਂ ਮਨਾ ਕਰ ਰਿਹਾ ਸੀ ਹਰਦੈ ਨੇ ਉਹਨੂੰ ਤਿਆਰ ਤਿਆਰੀ ਕਰਦੇ ਦੇਖ ਕੇ ਪੁੱਛਿਆ ਫੇਰ ਮਨ ਬਣਾ ਲਿਆ ਜਾਣਦਾ ਹਾਂ ਮੈਂ ਸੋਚਣਾ ਆਪਣੇ ਜੋਗਿੰਦਰ ਨੂੰ ਇੱਕ ਵਾਰੀ ਵੇਖਦਾ ਹਾਂ ਬਈ ਉਹ ਉਹੀ ਜਗਿੰਦਰ ਹੈ ਕਿ ਕੋਈ ਹੋਰ ਫਿਰ ਮੈਨੂੰ ਵੀ ਨਾਲ ਲੈ ਚੱਲੋ ਉਸ ਵੱਲੋਂ ਤੁਹਾਡਾ ਕੀ ਤਾਦਰਮਾਨ ਵੇਖ ਕੇ ਮੇਰਾ ਚਿੱਤ ਬੜਾ ਪ੍ਰਸੰਨ ਹੋਏਗਾ ਮੇਰਾ ਦਿਲ ਵੀ ਆਪਣੇ ਜੋਗਿੰਦਰ ਨੂੰ ਮਿਲਣ ਲਈ ਕਰਦਾ ਨਹੀਂ ਅੱਜ ਨਹੀਂ ਫੇਰ ਕਦੀ ਤੈਨੂੰ ਲੈ ਚਲਾਂਗਾ ਨਾਲ ਭਾਵੇਂ ਉਹ ਆਪ ਹੀ ਮੈਨੂੰ ਮਿਲਣ ਚਲਾ ਆਵੇ ਹਰદય ਨੇ ਪੁੱਤਰ ਮੋਹ ਚ ਆਖਿਆ ਚਾਹ ਪੀਣ ਵੇਲੇ ਉਸ ਹਰદય ਨੂੰ ਦੋ ਪਰੌਂਠੇ ਬਣਾਉਣ ਲਈ ਆਖਿਆ ਚਾਹ ਦੀ ਚਾਹ ਰੋਟੀ ਦੀ ਰੋਟੀ ਤੇ ਆਪਣੇ ਸ਼ਾਗਿਰਦ ਵੱਲੋਂ ਹੋਣ ਵਾਲੀ ਖਾਤਰ ਤਵੱਜਾ ਲਈ ਵੀ ਤਾਂ ਭੁੱਖ ਰੱਖ ਲਾਓ ਹਰદય ਨੇ ਮੁਸਕਰਾਉਂਦੇ ਆਖਿਆ ਮਾਸਟਰ ਮੋਨ ਲਾਲ ਨੇ ਉਹਦੀ ਮੁਸਕਰਾਟ ਪਿੱਛੇ ਲੁਕੇ ਵਿਅੰਗ ਜਾਂ ਉਤਸ਼ਾਹ ਨੂੰ ਪੜ੍ਹਨਾ ਚਾਹਿਆ ਪਰ ਸਾਰੀ ਉਮਰ ਪੜਨ ਪੜਾਉਂਦਾ ਕੰਮ ਕਰਨ ਵਾਲਾ ਮਾਸਟਰ ਵੀ ਉਹਨੂੰ ਲੁਕੇ ਭਾਵ ਨੂੰ ਨਾ ਪੜ ਸਕਿਆ ਉਹਨੂੰ ਤਿਆਰ ਹੁੰਦਿਆਂ ਹਰਦਾਈ ਸੱਦਰ ਨਾਲ ਦੇਖਦੀ ਰਹੀ ਘਰ ਦੀ ਥੋਤੀ ਸਲਵਾਰ ਚ ਉਸਣਾੜਾ ਪਾ ਦਿੱਤਾ ਟਰੰਕ ਚੋਂ ਥਿੱਲੇ ਦੀ ਪੁਰਾਣੀ ਕੱਸੀ ਜੁੱਤੀ ਉਸ ਕੱਢ ਲਿਆਂਦੀ ਮਾਸਟਰ ਮੋਨ ਲਾਲ ਨੇ ਆਪਣੀ ਸ਼ੇਵ ਵੀ ਬੜੀ ਸੱਦਰ ਨਾਲ ਬਣਾਈ ਤੇ ਹੱਥ ਨਾਲ ਸਰੋਂ ਦਾ ਤੇਲ ਲਾ ਕੇ ਆਪਣੇ ਮੂੰਹ ਨੂੰ ਚੋਪੜ ਲਿਆ ਤਾਂ ਕਿ ਸਰਦੀ ਦੀ ਖੁਸ਼ਕੀ ਦੇ ਕੋਈ ਨਿਸ਼ਾਨ ਨਾ ਰਹਿ ਜਾਣ ਜਾਣ ਵੇਲੇ ਹਰਦਾਈ ਨੇ ਥੋਤਾ ਰਮਾਲ ਫੜਾਉਂਦਿਆਂ ਪੁੱਛਿਆ ਕੋਲ ਪੈਸੇ ਹੈਗੇ ਜੇ ਨਾ ਪੈਦਲ ਨਾ ਜਾਣਾ ਬੱਸ ਇੱਕ ਟਿਕਟ ਲੈ ਲੈਣੀ ਨਾਲੇ ਚੇਤੀ ਮੋੜਨਾ ਨਾਲ ਹੀ ਉਸ ਮਾਨੀ ਮਨ ਭਗਵਾਨ ਅੱਗੇ ਅਰਦਾਸ ਕੀਤੀ ਵੀ ਉਹਦੇ ਸਿਰ ਦਾ ਸਾਈਂ ਖੈਰ ਖੈਰੀਅਤ ਨਾਲ ਸਤਕਾਰ ਪ੍ਰਾਪਤ ਕਰਕੇ ਮੁੜੇ ਭੀੜ ਭੜੱਕੀ ਦਿੱਲੀ ਦਾ ਕੁਛ ਇਤਬਾਰ ਨਹੀਂ ਕਾਲਜ ਦੇ ਗੇਟ ਤੱਕ ਤਾਂ ਮਾਸਟਰ ਮੋਹਨ ਲਾਲ ਕਿਸੇ ਅਗੰਮੀ ਚਾਹ ਤੇ ਉਹ ਮੰਗ ਅੰਦਰ ਪਹੁੰਚ ਗਿਆ ਪਰ ਕਾਲਜ ਦੇ ਅੰਦਰ ਵੜਨ ਸਮੇਂ ਉਹਦੇ ਪੈਰ اٹਕ ਗਏ ਉਹ ਕਿਸੇ ਕਾਲਜ ਚ ਨਹੀਂ ਸੀ ਪੜ ਸਕਿਆ ਉਹਦੇ ਪਿਤਾ ਦੀ ਮੌਤ ਮੈਟ੍ਰਿਕ ਪਾਸ ਕਰਨ ਸਮੇਂ ਹੋ ਗਈ ਸੀ ਕਾਲਜ ਦੀ ਸ਼ਾਨਦਾਰ ਇਮਾਰਤ ਉਸੰਦਰ ਆਉਂਦੇ ਜਾਂਦੇ ਵਿਦਿਆਰਥੀਆਂ ਦੀ ਪੋਸ਼ਾਕ ਚਟਕਮਟਕ ਤੇ ਅੰਗਰੇਜ਼ੀ ਗੱਟਮਟ ਨੇ ਉਹਨੂੰ ਇੱਕ ਵਾਰੀ ਫੇਰ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਮੈਂ ਅੰਦਰ ਜਾਵਾਂ ਕਿ ਇੱਥੋਂ ਹੀ ਵਾਪਸ ਚਲਾ ਜਾਵਾਂ ਇੱਕ ਮਿੰਟ ਸੜਕੋਂ ਪਾਰ ਖਲੋ ਕੇ ਉਸ ਕਾਲਜ ਦੀ ਕੁਸੰਬੜੇ ਰੰਗੀ ਬਹੁਮੰਜ਼ਲੀ ਇਮਾਰਤ ਦਾ ਫਿਰ ਜਾਇਜ਼ਾ ਲਿਆ ਗੇਟ ਵਾਲੀਆਂ ਦੋਵੇਂ ਦੀਵਾਰਾਂ ਇਸ਼ਤਿਹਾਰਾਂ ਨਾਲ ਢਟੀਆਂ ਪਈਆਂ ਸਨ ਉਸੇ ਚੋਣਾ ਦੇ ਇਸ਼ਤਿਹਾਰ ਸਮਝੇ ਨੇੜੇ ਆ ਕੇ ਉਸ ਕੁਝ ਇਸ਼ਤਿਹਾਰ ਬੜੇ ਤੇ ਹੈਰਾਨ ਰਹਿ ਗਿਆ ہماری ਮੰਗੇ ਪੂਰੀ ਕਰੋ ਕਾਲਜ ਦੇ ਪ੍ਰਿੰਸੀਪਲ ਔਰ ਉਸਕੇ ਚਮਚੋ ਨੂੰ ਕਢਾਲ ਦੋ ਫੀਸੋਆਂ ਵਿੱਚ ਕਮੀ ਕਰੋ ਕਾਲਜ ਕੇ ਇਮਤਿਹਾਨ ਨਹੀਂ ਨਹੀਂ ਲਏ ਜਾਏਂਗੇ ਯੂਨੀਵਰਸਿਟੀ ਮੇਂ ਫਾਰਮ ਭੇਜਤੇ ਸਮੇਂ ਕਮ ਹਾਜ਼ਰੀ ਕੇ ਛਾਤਰੋਂ ਕੋ ਡਿਟੇਨ ਨਹੀਂ ਕੀਆ ਜਾਏਗਾ ਉਸ ਇੱਕ ਵਿਦਿਆਰਥੀ ਕੋ ਪੁੱਛਿਆ ਕਿ ਇਹ ਇਸ਼ਤਿਹਾਰ ਕਿਉਂ ਲਗਾਇਆ ਤੇ ਬਾਹਰ ਪੁਲਿਸ ਕਿਉਂ ਖਲੋਤੀ ਹੈ ਪਾਬਾ ਇਸ ਕਾਲਜ ਤੇ ਕੱਲ ਤੱਕ ਸਟ੍ਰਾਈਕ ਸੀ ਅੱਜ 7 ਦਿਨਾਂ ਬਾਅਦ ਕਾਲਜ ਖੁੱਲਿਆ ਤੇ ਪੁਲਿਸ ਝਗੜੇ ਨੂੰ ਰੋਕਣ ਲਈ ਖੜ੍ਹੀ ਮਾਸਟਰ ਮੋਨ ਲਾਲ ਜਦੋਂ ਕਾਲੇ ਦੇ ਗੇਟ ਅੰਦਰ ਵੜਨ ਲੱਗਾ ਤਾਂ ਪੁਲਿਸ ਵਾਲਿਆਂ ਉਹਨੂੰ ਜਾਂਚ ਦੀ ਨਜ਼ਰ ਨਾਲ ਵੇਖਿਆ ਕਿਉਂਕਿ ਸਰਕਾਰ ਕੋਲ ਰਿਪੋਰਟ ਪਹੁੰਚ ਚੁੱਕੀ ਸੀ ਕਿ ਕੁਝ ਰਾਜਨੀਤਿਕ ਪਾਰਟੀਆਂ ਦੇ ਗੈਰ ਵਿਦਿਆਰਥੀ ਵਰਕਰਾਂ ਨੇ ਸਾਰੀ ਅੱਗ ਬਾਲੀ ਹੈ। ਉਹਦਾ ਬੁਢੇਰੀ ਉਮਰ ਨੂੰ ਵੇਖ ਕੇ ਪੁਲਿਸਿਆ ਕੁਛ ਨਾ ਗੋਲਿਆ ਪਰ ਮਾਸਟਰ ਮੋਨ ਲਾਲ ਘਬਰਾਟਦੇ ਨਹੀਂ ਕਾਲਜ ਅੰਦਰ ਵੜਿਆ। ਸਟਾਫ ਰੂਮ ਕੋਲ ਜਾ ਕੇ ਉਸ ਇੱਕ ਐਸੇ ਆਦਮੀ ਕੋਲੋਂ ਪੁੱਛਿਆ ਜੋ ਨੀਲੀ ਗਰਮ ਵਰਦੀ ਵਿੱਚ ਉਤੋਂ ਚੰਗੇਰੇ ਤੇ ਮਹਿੰਗੇ ਮਹਿੰਗੇਰੇ ਕੱਪੜੇ ਪਾਈ ਸਟੂਲ ਤੇ ਬੈਠਾ ਸੀ। ਕਿਉਂ ਭਾਈ ਸਾਹਿਬ ਇੱਥੇ ਕੋਈ ਜਗENDER ਸਿੰਘ ਨਾਂ ਵਾਲੇ ਪ੍ਰੋਫੈਸਰ ਪੜ੍ਹਾਉਂਦੇ ਹੈ ਕਿਹੜੇ ਵਿਭਾਗ ਛਣ ਚਪੜਾਸੀ ਦੇ ਸਵਾਲ ਨੇ ਚਪੜਾਸੀ ਨੇ ਸਵਾਲ ਦਾ ਉੱਤਰ ਸਵਾਲ ਚ ਹੀ ਦਿੱਤਾ ਪੰਜਾਬੀ ਵਿਭਾਗ ਇੱਕ ਮਿੰਟ ਸੋਚਣ ਵਿੱਚ ਹੋ ਸਕਿਆ ਇੱਕ ਜੇ ਐਸ ਬਿੰਦਰਾ ਸਾਹਿਬ ਤੇ ਹਨ ਪਰ ਪਤਾ ਨਹੀਂ ਉਹਦਾ ਨਾਂ ਜਗENDER ਸਿੰਘ ਹੈ ਕਿ ਨਹੀਂ ਹਾਂ ਉਹ ਹੋਈ ਕਿੱਥੇ ਮਿਲਣਗੇ ਉਸ ਵਰਾਂਡੇ ਤੋਂ ਬਾਹਰ ਆ ਕੇ ਸਕੂਟਰ ਸਟੈਂਡ ਵੱਲ ਵੇਖਿਆ ਕਿ ਆਖਿਆ ਉਹਨਾਂ ਦੀ ਗੱਡੀ ਤਾਂ ਖੜੀ ਹੈ ਆਏ ਤਾਂ ਹਨ ਪਰ ਅੰਦਰ ਸਟਾਫ ਰੂਮ ਵਿੱਚ ਨਹੀਂ ਕਿਹੜੀ ਗੱਡੀ ਆ ਉਹਨਾਂ ਦੀ ਉਹ ਕਰੀਮ ਰੰਗ ਵਾਲੀ 4078 ਤੇ ਮਾਸਟਰਮੂਨ ਲਾਲ ਸਕੂਟਰ ਸਟੈਂਡਵਲ ਤੁਰਪਿਆ ਗੱਡੀਆਂ ਦੇ ਉਸ ਨੰਬਰ ਪਰ ਇੱਕ ਫੀਅਟ ਕਾਰ ਦਾ ਨੰਬਰ 4078 ਸੀ ਸੀ ਤਾਂ ਪੁਰਾਣੀ ਪਰ ਉਹਦੀ ਦਿੱਖ ਨਵੇਂ ਵਰਗੀ ਸੀ ਮੇਰਾ ਜੁਗਿੰਦਰ ਗੱਡੀ 'ਚ ਚੜ ਕੇ ਕਾਲਜ ਜਾਂਦਾ ਹੈ ਕਿਉਂ ਨਹੀਂ ਆਖਰ ਤਾਂ ਉਹ ਪਿੰਡ ਦੇ ਚੌਧਰੀ ਦਾ ਪੁੱਤਰ ਹੈ ਗੱਡੀ ਨੂੰ ਹੱਥ ਹੱਥ ਦੇ ਕੇ ਉਸ ਨਿਗਮ ਹੱਥ ਲਾ ਕੇ ਉਹਨੇ ਨਿਗ ਮਹਿਸੂਸ ਕੀਤਾ ਜਿਵੇਂ ਆਪ ਜੁਗਿੰਦਰ ਨੂੰ ਮਿਲ ਰਿਹਾ ਹੋਵੇ ਇੰਜ ਜਿਥੇ ਉਹਦੇ ਅੰਦਰ ਆਪਣੇ ਸ਼ਗਿਰਦ ਲਈ ਮਾਣ ਵਧਿਆ ਉੱਥੇ ਉਹਦਾ ਉਤਸ਼ਾਹ ਘਟ ਗਿਆ ਪਤਾ ਨਹੀਂ ਇਸ ਗੱਡੀ ਦਾ ਅਮੀਰ ਮਾਲਕ ਮੇਰੇ ਵਰਗੇ ਗਰੀਬ ਪੈਦਲੂ ਨੂੰ ਪਛਾਣੇਗਾ ਕਿ ਨਹੀਂ ਉਸ ਇੱਕ ਵਾਰ ਫੇਰ ਘਰ ਦੇ ਤੋਤੇ ਆਪਣੇ ਕੱਪੜਿਆਂ ਨੂੰ ਖਿੱਚਿਆ ਕੋਈ ਨਹੀਂ ਜੋ ਹੋਣਾ ਹੋ ਜਾਏ ਇੱਕ ਵਾਰੀ ਤਾਂ ਮਿਲ ਕੇ ਹੀ ਜਾਵਾਂਗਾ ਉੱਥੇ ਕੁਝ ਦੇਰ ਰੁਕਣ ਪਿਛੋਂ ਫੇਰ ਉਸੇ ਚਪੜਾਸੀ ਕੋਲ ਆ ਗਿਆ ਪ੍ਰੋਫੈਸਰ ਬਿੰਦਰਾ ਸਾਹਿਬ ਕਿੱਥੇ ਤੇ ਕਦੋਂ ਮਿਲ ਸਕਣਗੇ ਜੇ ਪ੍ਰਾਸੀ ਨੇ ਇੱਕ ਵਾਰੀ ਉਸ ਵੱਲ ਬੜੇ ਗੌਰ ਨਾਲ ਦੇਖਿਆ ਫਿਰ ਉਹਨੂੰ ਸਟਾਫ ਰੂਮ ਅੰਦਰ ਬੈਠਣ ਲਈ ਇਸ਼ਾਰਾ ਕਰਦਿਆਂ ਉਸ ਆਖਿਆ ਸ਼ਾਇਦ ਇਸ ਵੇਲੇ ਉਹਨਾਂ ਦਾ ਪੀਰੀਅਡ ਹੋਣਾ ਹੈ ਰਿਸੈਸ ਦੀ ਘੰਟੀ ਹੋਣ ਵਾਲੀ ਹੈ ਉਹ ਸਟਾਫ ਰੂਮ 'ਚ ਹੀ ਆਉਣਗੇ ਮਾਸਟਰ ਮੋਨ ਲਾਲ ਸਟਾਫ ਰੂਮ 'ਚ ਪਈ ਇੱਕ ਖਾਲੀ ਕੁਰਸੀ ਤੇ ਜਾ ਬੈਠਾ ਚਾਰੇ ਪਾਸੇ ਕੁਝ ਸੂਟੇਡ ਬੂਟੇਡ ਨੌਜਵਾਨ ਪ੍ਰੋਫੈਸਰਾਂ ਨੂੰ ਵੇਖ ਕੇ ਉਹਨੂੰ ਕੁਝ ਉਪਰਾਮਤਾ ਭਾਸੀ ਕਈਆਂ ਨੇ ਤਾਂ ਉਸ ਕਾਰਟੂਨ ਵੱਲ ਇਸ਼ਾਰਾ ਕਰਕੇ ਮੁਸਕਣੀ ਨਾਲ ਇਸ ਤਰ੍ਹਾਂ ਵੇਖਿਆ ਜਿਵੇਂ ਕਹਿ ਰਹੇ ਹੋਣ ਕਿ ਫੈਂਸੀ ਡਰੈਸ 'ਚ ਕਿਹੜਾ ਵਿਅਕਤੀ ਇੱਧਰ ਆ ਗਿਆ ਕੋਚੇਰੂ ਪ੍ਰਾਂਤਾ ਦੇ ਹੁਸੜੇ ਚ ਬੈਠਣ ਵਿੱਚੋਂ ਮਾਸਟਰ ਮੋਹਨ لال ਬਾਹਰ ਆ ਗਿਆ ਬਾਹਰ ਲਾਂਚ ਕੁਝ ਕੁਰਸੀਆਂ ਖਾਲੀ ਪਈਆਂ ਸੀ ਤੇ ਇਹ ਚਪੜਾਸੀ ਅੱਗੇ ਸਰਦੀ ਦਾ ਬਹਾਨਾ ਕਰਕੇ ਬਾਹਰ ਧੁੱਪ 'ਚ ਇੱਕ ਕੁਰਸੀ ਤੇ ਜਾ ਬੈਠਾ ਤੇ ਉਹਨੂੰ ਤਾਕੀਦ ਕਰਕੇ ਆ ਕਿ ਬਿੰਦਰਾ ਸਾਹਿਬ ਦੇ ਆਉਣ ਤੇ ਉਹ ਮੈਨੂੰ ਮਿਲਾ ਦੇਣ ਦੀ ਕਿਰਪਾ ਕਰੇ ਧੁੱਪ ਦੀ ਨਿਗ ਤੇ ਚੁੱਪ ਫੁੱਲਾਂ ਦੀ ਮਹਿਕਵੀ ਸੰਗਤ ਨੇ ਉਹਨੂੰ ਨੀਵੇਂ ਪਣਦੇ ਅਹਿਸਾਸ ਤੋਂ ਕੁਝ ਮੁਕਤ ਕੀਤਾ ਉਦੋਂ ਮਨ ਸੋਚਣ ਲੱਗਾ ਕਾਲਜ ਚ ਪੜਨ ਲਈ ਤਾਂ ਨਹੀਂ ਸੀ ਜਾ ਸਕਿਆ ਪਰ ਕਿਸੇ ਸ਼ਗਿਰਦ ਪ੍ਰੋਫੈਸਰ ਨੂੰ ਮਿਲਣ ਲਈ ਤਾਂ ਅੰਦਰ ਆ ਹੀ ਗਿਆ ਫਿਰ ਉਹਨੂੰ ਉਹ ਚੁਟਕਲਾ ਯਾਦ ਆਇਆ ਕਿਸੇ ਸਧਾਰਨ ਕਵੀ ਨੂੰ ਉਹਦੇ ਵੱਡੇ ਕਵੀ ਮੰਨਣ ਤੋਂ ਇਨਕਾਰੀ ਸੀ ਉਹ ਬੜਾ ਜ਼ੋਰ ਲਾ ਕੇ ਕਵਿਤਾਵਾਂ ਲਿਖਿਆ ਪਰ ਉਹਨੂੰ ਉਹਨਾ ਤੋਂ ਦਾਦ ਨਾ ਮਿਲ ਸਕੇ ਇੱਕ ਦਿਨ ਆਪਣੀ ਨਵ ਜੰਮੀ ਬੱਚੀ ਦਾ ਉਹਨੇ ਉਹਨੇ ਨਾਂ ਕਵਿਤਾ ਰੱਖ ਦਿੱਤਾ ਤੇ ਸਾਥੀ ਕਵੀਆਂ ਦੇ ਮਿਲਣ ਤੇ ਉਹ ਸਾਖਿਆ ਮਿੱਤਰੋ ਤੁਸੀਂ ਮੈਨੂੰ ਭਾਵੇਂ ਕਵੀ ਮੰਨੋ ਜਾਂ ਨਾ ਪਰ ਇਸ ਗੱਲ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ ਕਿ ਮੈਂ ਕਵਿਤਾ ਦਾ ਪ yêu ਹਾਂ ਉਧਰ ਪ੍ਰੋਫੈਸਰ ਬਿੰਦਰਾ ਹੜਤਾਲ ਪਿੱਛੋਂ ਲਈ ਪਹਿਲੀ ਕਲਾਸ ਦੇ ਵਿਦਿਆਰਥੀਆਂ ਨੂੰ ਸਮਝਾ ਰਿਹਾ ਸੀ ਰਿਸ਼ਤੇ ਮੁੱਦਤ ਨਾਲ ਨਹੀਂ ਸਿੱਦਤ ਨਾਲ ਨਵੇਂ ਪੁਰਾਣੇ ਹੁੰਦੇ ਹਨ ਤੁਸੀਂ ਕਿਸੇ ਦੇ ਸਾਲਾਂ ਨਾ ਮਿਲਣ ਤੇ ਵੀ ਨਜ਼ਦੀਕ ਹੁੰਦੇ ਹੋ ਤੇ ਕਿਸੇ ਨੂੰ ਰੋਜ਼ ਮਿਲ ਕੇ ਵੀ ਦੂਰ ਰਹਿੰਦੇ ਹੋ ਅੱਜ ਦੀ ਵਪਾਰਕ ਰੁਚੀ ਨੇ ਉਸਤਾਦ ਤੇ ਸ਼ਗਿਰਦ ਦੇ ਚ ਇੱਕ ਪਾੜ ਪਾ ਦਿੱਤਾ ਹੈ ਜਿਸ ਕਾਰਨ ਇੱਕ ਥਾਂ ਇੱਕ ਹੋ ਕੇ ਵੀ ਵੱਖ ਹਨ ਸ਼ਗਿਰਦ ਸਮਝਦਾ ਮੈਂ ਫੀਸ ਦਿੰਦਾ ਤੇ ਉਹਦੇ ਬਦਲੇ ਵਿਦਿਆ ਖਰੀਦਦਾ ਤੇ ਉਸਤਾਦ ਸਮਝਦਾ ਕਿ ਮੈਂ ਤਨਖਾਹ ਲੈ ਕੇ ਗਿਆਨ ਵੇਚਦਾ ਲੈਕਚਰ ਦਿੱਤਾ ਜ਼ਿੰਮੇਵਾਰੀ ਖਤਮ ਪਰ ਸਾਡੇ ਜ਼ਮਾਨੇ 'ਚ ਉਸਤਾਦ ਤੇ ਸ਼ਗਿਰਦ ਵਿੱਚ ਇੱਕ ਸਤਕਾਰ ਦਾ ਗੁਰੂ ਤੇ ਸ਼ਿਸ਼ ਦਾ ਪਾਕ ਪਵਿੱਤਰ ਸਦੀਵੀ ਰਿਸ਼ਤਾ ਹੁੰਦਾ ਸੀ ਜਿਹਨੂੰ ਸਮੇਂ ਦੀ ਧੂੜ ਨਾ ਮੈਲਾ ਕਰ ਸਕਦੀ ਸੀ ਨਾ ਪੈਸੇ ਦੀ ਚਮਕ ਸੱਚੇ ਦਿਲੋਂ ਕਾਲਜ ਚ ਪੜ੍ਹਾਈ ਕਰਨ ਆਏ ਵਿਦਿਆਰਥੀਆਂ ਨੇ ਸ਼ੁਕਰ ਕੀਤਾ ਕਿ ਸੱਤਾਂ ਦਿਨਾਂ ਵਿੱਚੋਂ ਅੱਜ ਕਾਲਜ ਖੁੱਲਿਆ ਪਰ ਜੇ ਪੜਾਕੂ ਮੁੰਡੇ ਕੁੜੀਆਂ ਗਿਣਤੀ ਚ ਬਹੁਤ ਜ਼ਿਆਦਾ ਹੋਣ ਦੇ ਬਾਵਜੂਦ ਨੇਤਾ ਵਿਦਿਆਰਥੀ ਤੋਂ ਹਮੇਸ਼ਾ ਝਰਕਦੇ ਉਹਦੇ ਰੰਗ ਨੂੰ ਫਿੱਕਾ ਘੰਟੀ ਵੱਜੀ ਤੋਂ ਸਾਰੇ ਵਿਦਿਆਰਥੀ ਜਿਨ੍ਹਾਂ ਅੰਦਰ ਹੜਤਾਲ ਦੇ ਜੋਸ਼ ਕਾਰਨ ਉਸਤਾਦਾਂ ਲਈ ਆਪਣਾ ਤੇ ਰਿਸ਼ਤੇ ਦੀ ਭਾਵਨਾ ਬਹੁਤ ਪਤਲੀ ਪੈ ਗਈ ਸੀ ਇੰਜ ਨਸੇ ਜਿਵੇਂ ਗੇਟ ਖੁੱਲਾ ਵੇਖ ਕੇ ਕੈਦੀ ਨਸਤੇ ਕੁਝ ਵਿਦਿਆਰਥੀ ਹੁਣੇ ਸੁਨੇ ਉਪਦੇਸ਼ ਆਤਮਿਕ ਲੈਕਚਰ ਤੇ ਤਕਬਸਰਾ ਕਰ ਰਹੇ ਸਨ ਹੀਰ ਆਲਕ ਰਿਪੋਰਟੇ ਰਿਪੋਰਟ ਹੀਰਸ ਬੋਰਸ ਫੋਰ ਨਥਿੰਗ ਇੱਕ ਅੰਗਰੇਜ਼ ਬਾਤ ਬੋਲਿਆ ਪ੍ਰੋਫੈਸਰ ਲੋਕ ਉਪਦੇਸ਼ ਦੇਣ ਦੀ ਬਿਮਾਰੀ ਤੋਂ ਕਦੀ ਨਹੀਂ ਵੱਤ ਸਕਦੇ ਇੱਕ ਨੇਤਾ ਵਿਦਿਆਰਥੀ ਨੇ ਜੋਸ਼ ਚਾਕੇ ਕਿਹਾ ਅਜੀਨ ਕੀ ਤੋਂ ਵਹੀ ਬਾਤ ਹੈ ਪਿਧਰਮ ਸੁਲਤਾਨਬੂਦ ਇੱਕ ਫਾਰਸੀ ਦਾਨ ਨੇ ਨਫਰਤ ਨਾ ਲਾਖਿਆ ਰਿਸੈਸ ਦਾ ਪੀਰੀਅਡ ਹੋਣ ਕਾਰਨ ਕੁਝ ਵਿਦਿਆਰਥੀ ਉੱਪਰਲੀ ਤੇ ਹੇਠਲੀ ਮੰਜ਼ਲ ਦੇ ਬਰਾਂਡੇਆਂ 'ਚ ਧੁੱਪ ਦਾ ਚਟਕਾ ਲਵਾਉਣ ਲਈ ਖਲੋ ਗਏ। ਉਹ ਅੰਗਰੇਜ਼ ਬਾਜ਼ ਨੇਤਾ ਵਿਦਿਆਰਥੀ ਤੇ ਫਾਰਸੀਦਾਨ ਡਾਕਟਰ ਬਿੰਦਰਾ ਦੇ ਪਿੱਛੇ-ਪਿੱਛੇ ਪੌੜੀਆਂ ਉਤਰ ਕੇ ਲੌਂਚ ਚਲੇ ਗਏ। ਡਾਕਟਰ ਬਿੰਦਰਾ ਵੀ ਜ਼ਰਾ ਧੁੱਪ ਲੈਣ ਦਾ ਨਿੱਗ ਲੈਣ ਲਈ ਜਦੋਂ ਲੌਂਨ ਵੱਲ ਗਿਆ ਤਾਂ ਉਸ ਦੂਰੋਂ ਦੇਖਿਆ ਕੋਈ ਉਪਰਾ ਜਿਹਾ ਬੰਦਾ ਉਪਰੇ ਜਿਹਾ ਕੱਪੜੇ 'ਚ ਆਪਣਾਥ ਦੀ ਝਲਕ ਸੁੱਟ ਰਿਹਾ ਸੀ। ਨੇੜੇ ਹੋ ਕੇ ਵੇਖਿਆ ਚਿਹਰੇ ਤੇ ਕਣਿਆ ਵਾਲੀ ਮਾਤਾ ਦੇ ਦਾਗਾਂ ਨੂੰ ਬੁੱਢਾਪੇ ਦੀਆਂ ਝੁਰੜੀਆਂ ਨੇ ਖੇੜ ਲਿਆ ਸੀ ਲੱਕ ਚੂਚੀ ਸਲਵਾਰ ਪੈਰ 'ਚ कसे ਥੱਲੇ ਦੀ ਪੁਰਾਣੀ ਜੁੱਤੀ ਉੱਪਰ ਲੰਮਾ कसे ਕਫਾਂ ਵਾਲਾ ਕੋਟ ਤੇ ਸਿਰ 'ਤੇ ਥਿੰਦੇ ਕੁੱਲੇ ਉੱਪਰ ਕਸਮੈਲੀ ਜੀ ਬਦਰੰਗ ਲੁੰਗੀ ਤੇ ਅੱਧ ਡਿਗਿਆ ਸ਼ਮਲਾ ਇੱਕ ਮਿੰਟ ਨੀਝ ਲਾ ਕੇ ਵੇਖਣ ਪਿੱਛੋਂ ਉਹਦੇ ਦਿਲ ਨੇ ਸ਼ਾਦੀ ਦਿੱਤੀ ਇਹ ਤਾਂ ਮੇਰੇ ਮਾਸਟਰ ਲਾਲਾ ਮੋਨ ਲਾਲ ਜੀ ਹੈ ਉਸ ਦੌੜ ਕੇ ਉਹਨਾਂ ਦੇ ਚਰਨ ਫੜ ਲੈ ਫਰਜ਼ਾਟ ਮਾਸਟਰ ਮੋਨ ਲਾਲ ਨੇ ਉਹਨੂੰ ਉੱਪਰ ਉਠਾ ਕੇ ਆਪਣੀ ਛਾਤੀ ਨਾਲ ਲਾ ਲਿਆ। ਉਹ ਕਿੰਨਾ ਚਿਰ ਬਗਲ ਗਿਰ ਰਹੇ। ਮਾਸਟਰ ਮੋਨ ਲਾਲ ਦੇ ਅਥਰੂ ਦਰਿਆ ਬਣ ਕੇ ਵਗਿ ਜਾ ਰਹੇ ਸਨ ਤੇ ਬਿੰਦਰੀ ਦੀਆਂ ਅੱਖਾਂ ਵਿੱਚ ਮਿਲਣ ਦੀ ਖੁਸ਼ੀ ਦੀਆਂ ਬੂੰਦਾਂ ਸਨ। ਅੰਗਰੇਜ਼ ਬਾਜ਼, ਨੇਤਾ ਵਿਦਿਆਰਥੀ ਤੇ ਫਾਰਸੀ ਦਾ ਨਿਸਾਜੀ ਮਿੱਲੀ ਨੂੰ ਕਿੰਨਾ ਚਿਰ ਹੈਰਾਨੀ ਤੇ ਪਰੇਸ਼ਾਨੀ ਨਾਲ ਤੱਕਦੇ ਰਹੇ। ਚਾਰੇ ਪਾਸੇ ਦੇ ਲੋਕੀ ਵੇਖ ਕੇ ਸ਼ਸ਼ੋਪੰਜ ਹੋ ਰਹੇ ਸਨ ਵੀ ਇਹਨਾਂ ਦੋਹਾਂ ਦਾ ਕਿਹੜਾ ਨਜ਼ਦੀਕੀ ਰਿਸ਼ਤਾ ਹੋ ਸਕਦਾ। 4-5 ਮਿੰਟ ਪਿਛੋਂ ਜਦੋਂ ਉਹਨਾਂ ਜਫੀ ਢਿੱਲੀ ਕੀਤੀ ਜਗENDER ਬੋਲੇ ਮਾਸਟਰ ਜੀ ਤੁਸੀਂ ਅੱਜ ਆਪਣੇ ਸ਼ਗਿਰਦ ਤੇ ਕਿਵੇਂ ਬਖਸ਼ਿਸ਼ ਕੀਤੀ ਹੈ ਮਾਸਟਰ ਮੋਨ ਲਾਲ ਨੇ ਧਰੂ ਖੇੜਦੇ ਆ ਪੁੱਛਿਆ ਜਗENDER ਤੂੰ ਆਪਣੇ ਮਾਸਟਰ ਨੂੰ ਸਿਆਣ ਲਿਆਇਆ ਹੈ ਨਾ ਮੇਰੇ ਰੋਮ ਰੋਮ ਨੇ ਮਾਸਟਰ ਜੀ ਤੇ ਉਹ ਧਰੂ ਖੇੜਦੇ ਮਾਸਟਰ ਮੋਨ ਲਾਲ ਕੈਂਟੀਨ ਵਾਲ ਲੈ ਗਿਆ ਧੰਨਵਾਦ